ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਸੋ ਜੁੜੇ ਹਾਂ ਇੱਕ ਹੋਰ ਕਹਾਣੀ ਲੈ ਕੇ, ਅਤੇ ਕਹਾਣੀਆਂ ਤਕਰੀਬਨ ਮੇਰੀਆਂ ਕਾਲਪਨਿਕ ਹੁੰਦੀਆਂ, ਸਿਰਫ ਤੁਹਾਨੂੰ ਮੋਟੀਵੇਸ਼ਨ ਦੇਣ ਦੇ ਲਈ ਅਤੇ ਕੁਝ ਚੰਗੀ ਸਿੱਖਿਆ ਦੇਣ ਦੇ ਲਈ। ਅੱਜ ਵੀ ਕੁਝ ਇੱਦਾਂ ਦੀ ਕਾਲਪਨਿਕ ਕਹਾਣੀ ਆ ਜੀ, ਚੂਹੇ ਦੀ ਕਹਾਣੀ ਆ। ਬੜਾ ਡਰਪੋਕ ਜਿਹਾ ਚੂਹਾ ਹੁੰਦਾ, ਉਹ ਆਪਣੇ ਬਿੱਲ ਦੇ ਅੰਦਰ ਰਹਿੰਦਾ ਹੁੰਦਾ, ਬਿੱਲ ਮਤਲਬ ਕਿ ਜਿਹੜਾ ਚੂਹੇ ਦਾ ਘਰ ਹੁੰਦਾ, ਵੱਡਾ ਸਾਰਾ ਦਰਖਤ ਹੁੰਦਾ, ਉਹਦੇ ਥੱਲੇ ਉਹਨੇ ਇੱਕ ਬਿੱਲ ਬਣਾਇਆ ਹੁੰਦਾ ਅਤੇ ਉਹਦੇ ਅੰਦਰ ਹੀ ਰਹਿੰਦਾ, ਜ਼ਿਆਦਾਤਰ ਬਾਹਰ ਨਹੀਂ ਆਉਂਦਾ, ਕਿਉਂਕਿ ਨਾ ਇੱਕ ਬਿੱਲੀ ਤੋਂ ਬਹੁਤ ਡਰਦਾ ਹੁੰਦਾ ਉਹਨੂੰ ਇਹ ਲੱਗਦਾ ਵੀ ਮੈਂ ਜੇ ਬਾਹਰ ਜਾਊਂਗਾ ਵੀ ਬਿੱਲੀ ਨੇ ਮੈਨੂੰ ਖਾ ਜਾਣਾ। ਕੋਈ ਬਹੁਤ ਜ਼ਰੂਰੀ ਕੰਮ ਪੈ ਜੇ ਉਹ ਉਦੋਂ ਹੀ ਬਾਹਰ ਨਿਕਲਦਾ ਸੀ, ਨਹੀਂ ਅੰਦਰ ਹੀ ਵੜਿਆ ਰਹਿੰਦਾ ਸੀ। ਇੱਕ ਵਾਰ ਕੀ ਹੁੰਦਾ ਕਿ ਇੱਕ ਅਣਜਾਣ ਚੂਹਾ ਉੱਥੋਂ ਲੰਘ ਰਿਹਾ ਹੁੰਦਾ, ਉਹ ਦੇਖਦਾ ਵੀ ਚੂਹੇ ਦਾ ਬਿੱਲ ਆ ਅਤੇ ਉਹ ਅੰਦਰ ਵੜ ਜਾਂਦਾ ਉਹਦੇ। ਉਹ ਦੇਖਦਾ ਵੀ ਉੱਥੇ ਇੱਕ ਹੋਰ ਚੂਹਾ ਵਾ, ਦੋਨੋਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ, ਅਤੇ ਜਿਹੜਾ ਉਹ ਅਣਜਾਣ ਚੂਹਾ ਸੀ ਰਾਹ 'ਚੋਂ ਲੰਘ ਰਿਹਾ, ਉਹ ਦੇਖਦਾ ਵੀ ਇਹ ਚੂਹਾ ਬੜਾ ਸਹਿਮਿਆ ਜਿਹਾ ਲੱਗਦਾ, ਬੜਾ ਘਬਰਾਇਆ ਜਿਹਾ ਲੱਗਦਾ। ਉਹਨੂੰ ਪੁੱਛਦਾ ਵੀ ਕੀ ਗੱਲ ਆ, ਤੂੰ ਇੱਦਾਂ ਕਿਉਂ ਰਹਿਣਾ? ਉਹ ਕਹਿੰਦਾ ਵੀ ਮੈਨੂੰ ਬਿੱਲੀ ਤੋਂ ਬੜਾ ਡਰ ਲੱਗਦਾ, ਇਸ ਕਰਕੇ ਮੈਂ ਹਮੇਸ਼ਾ ਇੱਦਾਂ ਹੀ ਰਹਿੰਦਾ ਵਾਂ, ਮੈਂ ਬਾਹਰ ਵੀ ਨਹੀਂ ਜਾਂਦਾ। ਉਹ ਚੂਹਾ ਜਿਹੜਾ ਅਣਜਾਣ ਸੀਗਾ ਉਹ ਕਹਿੰਦਾ ਜੇ ਇਹ ਗੱਲ ਆ ਨਾ, ਮੇਰੇ ਕੋਲ ਇੱਕ ਤਾਕਤ ਆ ਵੀ ਮੈਂ ਤੈਨੂੰ ਚੂਹੇ ਤੋਂ ਕੁਝ ਹੋਰ ਬਣਾ ਸਕਦਾ। ਕਹਿੰਦਾ ਅੱਛਾ। ਕਹਿੰਦਾ ਚੱਲ ਫਿਰ ਇਹ ਕੰਮ ਕਰ ਵੀ ਮੈਨੂੰ ਬਿੱਲੀ ਬਣਾ ਦੇ, ਫਿਰ ਮੈਨੂੰ ਬਿੱਲੀ ਤੋਂ ਡਰ ਨਹੀਂ ਲੱਗਿਆ ਕਰੂ। ਕਹਿੰਦਾ ਠੀਕ ਆ। ਉਹ ਚੂਹਾ ਆਪਣੀ ਤਾਕਤ ਵਰਤਦਾ, ਉਹਨੂੰ ਬਿੱਲੀ ਬਣਾ ਦਿੰਦਾ। ਉਹ ਜਦੋਂ ਬਿੱਲੀ ਬਣ ਜਾਂਦਾ ਚੂਹਾ, ਬਾਹਰ ਨਿਕਲਦਾ ਅਤੇ ਪੂਰਾ ਐਨ ਖੁਸ਼ ਵੀ ਹੁਣ ਮੈਨੂੰ ਬਿੱਲੀ ਤੋਂ ਡਰਨ ਦੀ ਲੋੜ ਨਹੀਂ, ਮੈਂ ਘੁੰਮ ਫਿਰ ਸਕਦਾ ਖੁੱਲ੍ਹ ਕੇ। ਉਹ ਚੂਹਾ ਆਪਣਾ ਪਤਾ ਟਿਕਾਣਾ ਉਹਨੂੰ ਦੱਸ ਕੇ ਉੱਥੋਂ ਚਲਿਆ ਜਾਂਦਾ, ਉਹ ਬਿੱਲੀ ਬਣ ਕੇ ਘੁੰਮਣ ਲੱਗ ਜਾਂਦਾ। ਹੁਣ ਉਹ ਬਿੱਲੀ ਤਾਂ ਬਣ ਗਿਆ, ਉਹਦੇ ਪਿੱਛੇ ਕੁੱਤੇ ਪੈ ਗਏ। ਫਿਰ ਉਹਨੂੰ ਲੱਗਦਾ ਵੀ ਯਾਰ ਬਿੱਲੀ ਨੂੰ ਤਾਂ ਕੁੱਤਿਆਂ ਤੋਂ ਖਤਰਾ ਵਾ। ਉਹ ਅਣਜਾਣ ਚੂਹਾ ਜਿਹੜਾ ਆਪਣਾ ਪਤਾ ਦੱਸ ਕੇ ਗਿਆ ਸੀ ਉਹ ਉੱਥੇ ਪਹੁੰਚ ਜਾਂਦਾ, ਜਿਹੜਾ ਚੂਹੇ ਤੋਂ ਬਿੱਲੀ ਬਣਿਆ ਸੀ। ਉਹਨੂੰ ਕਹਿੰਦਾ ਯਾਰ ਵੀ ਮੈਨੂੰ ਕੁੱਤਾ ਬਣਾ ਤੂੰ, ਬਿੱਲੀ ਨਹੀਂ ਠੀਕ, ਵੀ ਕੁੱਤੇ ਮੇਰੇ ਪਿੱਛੇ ਪੈ ਜਾਂਦੇ ਆ, ਵੀ ਹੁਣ ਮੈਨੂੰ ਕੁੱਤਿਆਂ ਤੋਂ ਡਰ ਲੱਗੀ ਜਾਂਦਾ। ਉਹ ਕਹਿੰਦਾ ਠੀਕ ਆ। ਚੂਹਾ ਇੱਕ ਉਹਦੀ ਗੱਲ ਇੱਕ ਮਿੰਟ 'ਚ ਮੰਨ ਲੈਂਦਾ, ਉਹਨੂੰ ਕੁੱਤਾ ਬਣਾ ਦਿੰਦਾ। ਉਹ ਫਿਰ ਖੁਸ਼ ਹੁੰਦਾ ਵੀ ਹੁਣ ਮੈਨੂੰ ਨਾ ਬਿੱਲੀ ਦਾ ਡਰ ਆ ਨਾ ਮੈਨੂੰ ਕੁੱਤਿਆਂ ਦਾ ਡਰ ਆ, ਮੈਂ ਘੁੰਮੂੰਗਾ, ਖੁੱਲ੍ਹ ਕੇ ਘੁੰਮੂੰਗਾ। ਚਲੋ ਜੀ, ਜਦੋਂ ਉਹ ਖੁੱਲ੍ਹ ਕੇ ਘੁੰਮਣ ਫਿਰਨ ਲੱਗਦਾ ਤਾਂ ਕੀ ਹੁੰਦਾ, ਇੱਕ ਦਿਨ ਉਹਦੇ ਪਿੱਛੇ ਸ਼ੇਰ ਪੈ ਜਾਂਦਾ, ਉਸ ਕੁੱਤੇ ਦੇ ਪਿੱਛੇ। ਬੜੀ ਔਖੀ ਜਾਨ ਬਚਾ ਕੇ ਫਿਰ ਉਸ ਚੂਹੇ ਦੇ ਕੋਲ ਪਹੁੰਚਦਾ ਅਤੇ ਉਹ ਚੂਹੇ ਨੂੰ ਜਾ ਕੇ ਕਹਿੰਦਾ ਵੀ ਯਾਰ ਕੁੱਤੇ ਤੋਂ ਉੱਤੇ ਤਾਂ ਸ਼ੇਰ ਆ, ਵੀ ਤੂੰ ਮੈਨੂੰ ਸ਼ੇਰ ਬਣਾ। ਸ਼ੇਰ ਨੂੰ ਕਿਸੇ ਦਾ ਡਰ ਨਹੀਂ ਹੈਗਾ, ਉਹ ਤਾਂ ਰਾਜਾ ਵਾ ਜੰਗਲ ਦਾ, ਵੀ ਸਾਰੇ ਉਹ ਤੋਂ ਡਰਦੇ ਆ ਪਰ ਸ਼ੇਰ ਨਹੀਂ ਕਿਸੇ ਤੋਂ ਡਰਦਾ। ਹੁਣ ਉਹ ਚੂਹਾ ਫਿਰ ਉਹਦੀ ਗੱਲ ਮੰਨ ਲੈਂਦਾ, ਉੱਤੇ ਤਰਸ ਖਾ ਲੈਂਦਾ, ਕਹਿੰਦਾ ਚੱਲ ਠੀਕ ਆ। ਉਹ ਆਪਣੀ ਤਾਕਤ ਵਰਤਦਾ ਅਤੇ ਉਹਨੂੰ ਜਿਹੜਾ ਉਹ ਕੁੱਤਾ ਬਣ ਗਿਆ ਸੀਗਾ ਉਹਨੂੰ ਸ਼ੇਰ ਬਣਾ ਦਿੰਦਾ, ਮਤਲਬ ਉਹ ਚੂਹੇ ਤੋਂ ਲੈ ਕੇ ਸ਼ੇਰ ਦਾ ਸਫ਼ਰ ਕਰ ਲੈਂਦਾ ਉਹ ਨਾ। ਹੁਣ ਜਦੋਂ ਸ਼ੇਰ ਬਣ ਕੇ ਘੁੰਮਣ ਲੱਗ ਜਾਂਦਾ ਇੱਧਰ ਉੱਧਰ ਪੂਰਾ ਐਨ ਬੇਡਰ ਹੋ ਕੇ, ਤਾਂ ਇੱਕ ਦਿਨ ਕੀ ਹੁੰਦਾ, ਕੁਝ ਸ਼ਿਕਾਰੀ ਕੁਝ ਇਨਸਾਨ ਉਹਨੂੰ ਜਾਲ ਪਾਉਣ ਦੀ ਕੋਸ਼ਿਸ਼ ਕਰਦੇ ਆ ਸ਼ੇਰ ਨੂੰ, ਉਹ ਸ਼ੇਰ ਦਾ ਸ਼ਿਕਾਰ ਕਰਨਾ ਚਾਹੁੰਦੇ ਸੀ। ਉਹ ਫਿਰ ਬੜੀ ਔਖੀ ਜਾਨ ਬਚਾ ਕੇ ਅਤੇ ਉਹਦੇ ਚੂਹੇ ਕੋਲ ਪਹੁੰਚਦਾ, ਕਹਿੰਦਾ ਯਾਰ ਹੁਣ ਮੈਨੂੰ ਬੰਦਿਆਂ ਤੋਂ ਡਰ ਲੱਗੀ ਜਾਂਦਾ ਸ਼ੇਰ ਬਣ ਕੇ, ਵੀ ਇਹ ਤਾਂ ਮਸਲੇ ਦਾ ਹੱਲ ਹੋਇਆ ਨਹੀਂ ਕੋਈ। ਤਾਂ ਉਹ ਅਣਜਾਣ ਚੂਹਾ ਜਿਹਦੇ ਕੋਲ ਤਾਕਤਾਂ ਸੀ ਉਹਨੂੰ ਇੱਕ ਗੱਲ ਦਾ ਜਵਾਬ ਦਿੰਦਾ ਵੀ ਤੂੰ ਜੋ ਮਰਜ਼ੀ ਬਣ ਜਾ, ਤੂੰ ਡਰਪੋਕ ਦਾ ਡਰਪੋਕ ਹੀ ਰਹਿਣਾ ਵਾ, ਕਿਉਂਕਿ ਡਰ ਤੇਰੇ ਦਿਲ 'ਚ ਆ, ਬਾਹਰਲੇ ਭੇਸ ਤਾਂ ਤੂੰ ਬਦਲੀ ਜਾਂਦਾ ਪਰ ਜਿਹੜਾ ਅੰਦਰਲਾ ਡਰ ਆ ਉਹ ਨਹੀਂ ਨਿਕਲਣਾ, ਉਹ ਨਹੀਂ ਮੈਂ ਕੱਢ ਸਕਦਾ, ਮੇਰੇ ਕੋਲ ਕੋਈ ਤਾਕਤ ਨਹੀਂ ਉਹਨੂੰ ਕੱਢਣ ਦੀ। ਫਿਰ ਉਹ ਚੂਹਾ ਪਤਾ ਜਿਹੜਾ ਚੂਹਾ ਸ਼ੇਰ ਬਣਿਆ ਸੀ ਕੀ ਜਵਾਬ ਦਿੰਦਾ ਉਹਨੂੰ, ਕਹਿੰਦਾ ਤੂੰ ਮੈਨੂੰ ਚੂਹਾ ਹੀ ਬਣਾ ਦੇ, ਮੈਂ ਹੁਣ ਆਪਣੇ ਦਿਲ ਦਾ ਜਿਹੜਾ ਡਰ
ਕੱਢ ਕੇ ਖੁੱਲ੍ਹ ਕੇ ਜੀਊਂਗਾ, ਜਦੋਂ ਜੋ ਹੋਣਾ ਜਿਹਦੇ ਨਾਲ ਹੋ ਹੀ ਜਾਣਾ ਵਾ, ਡਰ ਕੇ ਜਿਉਣ ਦਾ ਕੋਈ ਫਾਇਦਾ ਨਹੀਂ, ਮੈਂ ਚੂਹਾ ਬਣ ਕੇ ਹੀ, ਜੋ ਮੈਂ ਹੈਗਾ ਵਾਂ ਉਹ ਬਣ ਕੇ ਹੀ ਆਪਣੀ ਜ਼ਿੰਦਗੀ ਆ ਜਿਹੜੀ ਉਹ ਬਤੀਤ ਕਰੂੰਗਾ। ਅਤੇ ਉਹ ਚੂਹਾ ਜਿਹੜਾ ਉਹਨੂੰ ਫਿਰ ਸ਼ੇਰ ਨੂੰ ਵਾਪਸ ਚੂਹੇ ਵਾਲੇ ਭੇਸ ਦੇ ਵਿੱਚ ਲੈ ਆਉਂਦਾ। ਦੋਸਤੋ, ਕਹਾਣੀ ਦੀ ਸਿੱਖਿਆ ਆਪਣੇ 'ਤੇ ਇਹੀ ਲਾਗੂ ਹੁੰਦੀ ਆ ਕਿ ਸਾਨੂੰ ਵੀ ਕਿਸੇ ਵਰਗਾ ਬਣਨ ਦੀ ਕੋਸ਼ਿਸ਼ ਕਦੇ ਨਹੀਂ ਕਰਨੀ ਚਾਹੀਦੀ। ਅਸੀਂ ਜੋ ਵੀ ਹੈਗੇ ਹਾਂ ਅਸੀਂ ਬੈਸਟ ਹਾਂ, ਅਸੀਂ ਜਿੱਦਾਂ ਦੇ ਵੀ ਹਾਂ ਉਹਦੇ ਵਿੱਚ ਰਹਿ ਕੇ ਸਾਨੂੰ ਜ਼ਿੰਦਗੀ ਦੇ ਨਾਲ ਲੜਨਾ ਪੈਣਾ, ਜ਼ਿੰਦਗੀ ਜਿਉਣੀ ਪੈਣੀ ਆ, ਜ਼ਿੰਦਗੀ ਦੇ ਜੋ ਵੀ ਚੈਲੰਜ ਨੇ ਉਹ ਅਸੈਪਟ ਕਰਨੇ ਪੈਣੇ ਆ। ਕਿਸੇ ਤੋਂ ਇੰਪ੍ਰੈਸ ਹੋ ਕੇ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਸਭ ਤੋਂ ਬੈਸਟ ਹੋ ਜੀ।